ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਚੋਣ ਹਮਲੇ ਨੂੰ ਨੇਪਰੇ ਚਾੜ੍ਹ ਲਈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਉਹਨਾਂ ਦੱਸਿਆ ਕਿ ਚੋਣਾਂ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ 6481 ਜਵਾਨ ਅਤੇ ਅਧਿਕਾਰੀ ਸਮੇਤ ਕੇਂਦਰੀ ਹਥਿਆਰਬੰਦ ਫੌਜਾਂ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3868 ਪੋਲਿੰਗ ਸਟਾਫ ਚੋਣ ਪ੍ਰਬੰਧਨ ਨੂੰ ਨੇਪਰੇ ਚਾੜਨ ਦੀ ਡਿਊਟੀ ਨਿਭਾਏਗਾ ਸਿਬਨ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਵਾਲੇ 4 ਵਿਧਾਨ ਸਭਾ ਹਲਕੇ ਵਿੱਚੋਂ ਡੇਰਾ ਪਬਰ ਨਾਨਕ ਵਿੱਚ ਕੁੱਲ 193300 छिहत् वोटर ने जकी पोलिंग स्टेशन की दो सौ इकताली है इतने संवेदनशील पोलिंग स्टेशन की गिनती इकाहठ है टेरा बाबा नानक चो ड्यूटी निभाए अमले की गिनती सत्त सौ एक है उब्बेवाल राखवी सीट ले लख उनाहठ हजार चार सौ बत्ती वोटर ने जबकि पोलिंग स्टेशन की कुल गिनती दो सौ पे संवेदनशील पाँ पोलिंग स्टेष ने चबेवाल चो ड्यूटी निभाए अमले की गिनती एक हजार चौताली है उन्होंने अगे दस कि गिदड़बाह लख छियाहठ हजार तीन सौ इकती वोटर ने ਪੋਲਿੰਗ ਸਟੇਸ਼ਨਾਂ ਦੀ કુલ ਗਿਣਤੀ 163 ਹੈ ਜਿਨ੍ਹਾਂ ਵਿੱਚੋਂ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 96 ਨੇ ਦੂਜੇ ਪਾਸੇ ਬਰਨਾਲਾ ਜੁਲ 170426 ਵੋਟ ਨੇ ਤੇ ਪੋਲਿੰਗ ਸਟੇਸ਼ਨਾਂ ਦੀ કુલ ਗਿਣਤੀ 212 ਜਿਨ੍ਹਾਂ ਵਿੱਚੋਂ 37 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਨੇ ਅਤੇ ਚੋਣ ਡਿਊਟੀ ਨਿਭਾਰੇ ਅਮਲੇ ਦੀ કુલ ਗਿਣਤੀ 975 ਹੈ ਸਿਵਨ ਸੀਹੁਰੰਦਸ ਸੇ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਂਪਰਿਆਂ ذریعے ਕੀਤੀ ਜਾਪੀ ਕਿ ਇਸ ਦੇ ਨਾਲ ਹੀ ਚੋਣ ਅਧਿਕਾਰੀਆਂ ਤੇ অবজারভারਾਂ ਦੁਆਰਾ ਰੀਲ ਟਾਈਮ ਮੋਨਿਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100% ਲਾਈਵ ਵੈਬ ਕਾਸਟਿੰਗ ਯਕੀਨੀ ਬਣਾਈ ਗਈ ਹੈ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਸਟਾਫ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਖਾਣ ਪੀਣ ਰਿਹਾਈਜ ਤੇ ਉਚਿਤ ਪ੍ਰਬੰਧ ਤੇ ਬਾਦਰੀ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਗਏ ਨੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਵੇਟਿੰਗ ਏਰੀਆ ਵਧੀਆ ਕੁਆਲਿਟੀ ਦੇ ਪੱਖਾਨੇ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸਿਬਨ ਸਿੰਘ ਨੇ ਦੱਸਿਆ ਕਿ ਬੁੱਧਵਾਰ 2 ਨਵੰਬਰ ਨੂੰ ਵੋਟਾਂ ਪਾਉਣ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਖੁੱਲ੍ਹਾ ਅਤੇ ਸ਼ਨੀਵਾਰ 3 ਨਵੰਬਰ ਨੂੰ ਵੋਟਾਂ ਦੀ ਗਿਣਤੀ ਉਨਾ ਚਾਰੂ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਲਾਲਚ ਤੇ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ